ਬ੍ਰਿਕਤ ਬਾਅਦ ਤੁਹਾਡਾ ਸਵਾਗਤ ਹੈ। ਗੱਲ ਕਰਦੇ ਹਾਂ TET ਪ੍ਰੀਖਿਆ ਦੀ, ਟੀਚਰਸ ਐਲੀਜੀਬਿਲਿਟੀ ਟੈਸਟ ਦੀ, ਜੋ ਕਿ ਪੰਜਾਬ 'ਚ ਇੱਕ ਵਾਰ ਫਿਰ ਤੋਂ ਮੁਲਤਵੀ ਹੋ ਗਿਆ। ਜੀ ਹਾਂ, ਦੂਜੀ ਵਾਰ ਇਹ ਮੁਲਤਵੀ ਹੋ ਗਿਆ। ਹੁਣ ਕਿਹਾ ਜਾ ਰਿਹਾ ਕਿ 19 ਜਨਵਰੀ ਨੂੰ TET ਦੀ ਪ੍ਰੀਖਿਆ ਲਈ ਜਾਏਗੀ। ਪਹਿਲਾਂ 5 ਤਰੀਕ ਨੂੰ ਲਈ ਜਾਣੀ ਸੀ, ਹੁਣ 19 ਤਰੀਕ ਨੂੰ ਲਈ ਜਾਵੇਗੀ। ਸਿੱਖਿਆ ਵਿਭਾਗ ਦੇ ਇੱਕ ਅਧਿਕਾਰੀ ਦੇ ਵਿਰੁੱਧ ਵੀ ਕਾਰਵਾਈ ਕਰਨ ਦੀ ਗੱਲ ਕਹੀ ਗਈ ਹੈ। ਇਹ ਕਿਉਂ ਕੀਤਾ ਗਿਆ ਤੁਸੀਂ ਸੋਚ ਰਹੇ ਹੋਵੋਗੇ। ਡਾਇਰੈਕਟਰ ਕੰਪਿਊਟਰ ਦੇ ਵਿਰੁੱਧ ਵੀ ਪੜਤਾਲ ਸ਼ੁਰੂ ਕੀਤੀ ਗਈ ਹੈ। ਨਕਲ ਕਰਵਾਉਣ ਵਾਲੇ ਗਿਰੋਹਾਂ ਦੇ ਸਰਗਰਮ ਹੋਣ ਦੀ ਇੱਕ ਸੂਹ ਮਿਲੀ ਸੀ। ਨਕਲ ਕਰਵਾਉਣ ਵਾਲਾ ਗਿਰੋਹ ਸਰਗਰਮ ਹੈ। ਇਸ ਸੂਹ ਤੋਂ ਬਾਅਦ ਇਹ ਪ੍ਰੀਖਿਆ ਮੁਲਤਵੀ ਕੀਤੀ ਗਈ ਹੈ। ਪ੍ਰੀਖਿਆਰਥੀਆਂ ਨੂੰ ਹੁਣ 15 ਜਨਵਰੀ ਤੋਂ ਨਵੇਂ ਸਿਰੇ ਤੋਂ ਰੋਲ ਨੰਬਰ ਅਲਾਟ ਕੀਤੇ ਜਾਣਗੇ। ਇੱਕ ਪਹਿਲਾਂ 22 ਦਸੰਬਰ ਪਿਛਲੇ ਸਾਲ 2019 ਨੂੰ ਹੋਣੀ ਸੀ ਅਤੇ ਫਿਰ ਇਸ ਸਾਲ 5 ਜਨਵਰੀ ਨੂੰ ਪ੍ਰੀਖਿਆ ਹੋਣੀ ਸੀ। ਬੜੇ ਦਾਅਵੇ ਕੀਤੇ ਜਾ ਰਹੇ ਸਨ ਕਿ ਕਿਸੇ ਵੀ ਹਾਲ 'ਚ ਇਹ ਪ੍ਰੀਖਿਆ ਪੂਰੇ ਸਖ਼ਤ ਸੁਰੱਖਿਆ ਪ੍ਰਬੰਧਾਂ ਹੇਠ ਲਈ ਜਾਏਗੀ, ਪਰ ਹੁਣ ਇੱਕ ਵਾਰ ਫਿਰ ਤੋਂ ਟਾਲ ਦਿੱਤੀ ਗਈ ਹੈ। 5 ਜਨਵਰੀ ਦੀ ਥਾਂ 19 ਜਨਵਰੀ ਨੂੰ TET ਦੀ ਪ੍ਰੀਖਿਆ ਪੰਜਾਬ ਦੇ ਵਿੱਚ ਜਿਹੜੀ ਹੈ ਹੋਏਗੀ। ਪੰਜਾਬ ਸਟੇਟ TET ਜਿਹੜਾ 2018 ਦਾ ਹੈ, ਇਹ ਪਿਛਲੇ ਸਾਲ ਦਾ ਵੀ ਨਹੀਂ ਹੈ, ਉਸ ਤੋਂ ਪਿਛਲੇ ਸਾਲ ਦਾ ਹੈ। 2018 ਵਾਲਾ ਪਹਿਲਾਂ ਇਸ ਪਿਛਲੇ ਸਾਲ ਦਸੰਬਰ ਨੂੰ ਹੋਣਾ ਸੀ, ਫਿਰ ਇਸ ਸਾਲ 5 ਤਰੀਕ ਨੂੰ, ਤੇ ਪਰ ਹੁਣ 19 ਤਰੀਕ ਨੂੰ ਹੋਏਗਾ। ਮੇਰੇ ਸਹਿਯੋਗੀ ਤਰਲੋਚਨ ਸਿੰਘ ਸਾਡੇ ਨਾਲ ਇਸ ਖਬਰ ਦੇ ਉੱਪਰ ਹੋਰ ਜਾਣਕਾਰੀ ਦੇਣ ਲਈ ਜੁੜ ਰਹੇ ਨੇ। ਤਰਲੋਚਨ ਜੀ, ਜਾਣਨਾ ਚਾਹਾਂਗੇ, ਵਾਰ ਵਾਰ ਮੁਲਤਵੀ ਕੀ ਕਰਨੀ ਪੈ ਰਹੀ ਹੈ ਪ੍ਰੀਖਿਆ, ਆਖਰ ਵਜ੍ਹਾ ਕੀ ਲੱਗ ਰਹੀ ਹੈ? ਬਲਵਿੰਦਰ ਜੀ, ਬੜੀ ਨਮੋਸ਼ੀ ਵਾਲੀ ਗੱਲ ਹੈ ਸਿੱਖਿਆ ਵਿਭਾਗ ਲਈ ਵੀ, ਇੱਕ ਟੈਸਟ ਲੈਣ ਲਈ ਵੀ ਇਹਨਾਂ ਨੂੰ ਇਹਨਾਂ ਦੇ ਪ੍ਰਬੰਧ ਨਹੀਂ ਪੂਰੇ ਹੋ ਰਹੇ। ਜਿਵੇਂ ਤੁਸੀਂ ਦੱਸ ਰਹੇ ਸੀ, ਇਹ 2018 'ਚ ਟੈਸਟ ਲੈਣਾ ਬਣਦਾ ਸੀ, ਜਿਹੜੇ ਬੇਰੁਜ਼ਗਾਰ ਨੇ 2018 'ਚ ਪ੍ਰਪੇਅਰ ਸੀ ਇਹ ਟੈਸਟ ਲੈਣ ਲਈ, ਇਹ ਨਹੀਂ ਲੈ ਸਕੇ। 2019 'ਚ ਨਹੀਂ ਲੈ ਸਕੇ, ਫਿਰ 5 ਤਰੀਕ ਪੋਸਟਪੋਨ ਕਰਕੇ ਰੱਖੀ, ਉਦੋਂ ਨਹੀਂ ਲੈ ਸਕੇ, ਔਰ ਹੁਣ 19 ਜਨਵਰੀ ਨੂੰ ਹੈ। ਔਰ ਇਹਦਾ ਮੁੱਖ ਕਾਰਨ ਜਿਹੜਾ, ਸਭ ਤੋਂ ਵੱਡੀ ਜਿਹੜਾ ਹੈਰਾਨੀਜਨਕ ਗੱਲ ਹੈ, ਮੁੱਖ ਕਾਰਨ ਇਹ ਹੈ ਕਿ ਵਿਭਾਗ ਨੂੰ ਪਹਿਲਾਂ ਵੀ ਜਾਣਕਾਰੀ ਸੀ ਵੀ ਬੜੇ ਇੱਕ ਨਕਲ ਕਰਾਉਣ ਵਾਲੇ ਗਰੋਹ ਸਰਗਰਮ ਨੇ, ਉਹ ਬਕਾਇਦਾ ਕੋਚਿੰਗ ਸੈਂਟਰ ਖੋਲ ਕੇ ਥਾਂ ਥਾਂ ਤੇ ਬੇਰੁਜ਼ਗਾਰਾਂ ਨੂੰ ਲੁੱਟ ਰਹੇ ਹੈ। ਹੁਣ ਵੀ ਇਹ ਪਤਾ ਲੱਗਾ ਸੀ ਵੀ ਇਹਨਾਂ ਨੇ ਕੰਪਿਊਟਰ ਰਾਹੀਂ ਇਹ ਸਿਸਟਮ ਬਣਾਇਆ ਸੀ ਵੀ ਜਿਹੜੀ ਰਜਿਸਟ੍ਰੇਸ਼ਨ ਜਾਂ ਬਿਨਾਂ ਪੱਤਰ ਜਿਹੜੇ ਆਉਣਗੇ, ਉਹਨਾਂ ਨੂੰ ਜਿਹੜੇ ਰੋਲ ਨੰਬਰ ਹੈ ਬਿਲਕੁਲ ਨਾਲ ਨਾਲ ਨਹੀਂ ਦੇਣੇ, ਉਹਨਾਂ ਦੇ ਰੋਲ ਨੰਬਰ ਅੱਡ ਅੱਡ ਕਰਨੇ ਆ, ਇੱਥੋਂ ਤੱਕ ਸੈਂਟਰ ਵੀ ਅੱਡ ਹੋ ਸਕਦੇ ਆ। ਪਰ ਜੋ ਹੁਣ ਪਤਾ ਲੱਗਾ ਉਹ ਵੀ ਵਿਭਾਗ ਨੂੰ ਨੀ ਪਤਾ ਲੱਗਾ, ਕੁਛ ਲੋਕਾਂ ਨੇ ਇਹਨਾਂ ਨੂੰ ਗੁਪਤ ਪੱਤਰ ਲਿਖ ਕੇ ਭੇਜਿਆ ਵੀ ਇਹ ਗੜਬੜ ਹੋਣ ਦੇ ਆਸਾਰ ਨੇ। ਪਤਾ ਇਹ ਲੱਗਿਆ ਵੀ ਐਜੂਕੇਸ਼ਨ ਵਿਭਾਗ ਨੇ ਮੁੜ ਬਿਨਾਂ ਪੱਤਰ ਜਿਹੜੇ ਆਏ ਸੀ ਉਹਨਾਂ ਦੇ ਰੋਲ ਨੰਬਰ ਅੱਡ ਅੱਡ ਦੇਣ ਦੀ ਥਾਂ ਇਕੱਠੇ ਰੋਲ ਨੰਬਰ ਦੇ ਦਿੱਤੇ ਆ, ਜਿਸ ਕਾਰਨ ਇਹ ਸ਼ੰਕਾ ਪੈਦਾ ਹੋਇਆ ਵੀ ਵਿਭਾਗ ਦੇ ਅੰਦਰ ਤੇ ਬਾਹਰ ਮਿਲੀ ਭੁਗਤ ਨਾਲ ਦੁਬਾਰਾ ਨਕਲ ਕਰਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਜਿਹਨੂੰ ਮੁੱਖ ਰੱਖਦਿਆਂ ਇਹਨਾਂ ਨੂੰ ਇਹ ਡੇਟ ਜਿਹੜੀ ਹੈ ਇਹ ਕਰਨੀ ਪਈ 19 ਜਨਵਰੀ, ਕਿਉਂਕਿ 1,75,000 ਦੇ ਕਰੀਬ ਕੈਂਡੀਡੇਟ ਕਹਿੰਦੇ ਪ੍ਰੀਖਿਆ 'ਚ ਬੈਠ ਰਹੇ ਹੈ ਤੇ ਉਹਨਾਂ ਨੂੰ ਦੁਬਾਰਾ ਰੋਲ ਨੰਬਰ ਦੇਣ ਲਈ ਇੰਨਾ ਸਮਾਂ ਚਾਹੀਦਾ ਸੀ। ਹੁਣ 15 ਜਨਵਰੀ ਨੂੰ ਦੁਬਾਰਾ ਰੋਲ ਨੰਬਰ ਦੇ ਕੇ ਤੇ 19 ਤਰੀਕ ਨੂੰ ਇਹਨਾਂ ਦੀ ਪ੍ਰੀਖਿਆ ਲੈਣ ਦਾ ਪ੍ਰੋਗਰਾਮ ਕੀਤਾ ਹੈ। ਤਰਲੋਚਨ ਜੀ, ਵੈਸੇ ਇਹ ਚਲੋ ਬਾਰੀ ਇਹ ਸਾਰੀਆਂ ਗੱਲਾਂ ਹੈ ਕਿ ਨਕਲ ਦੀ ਇਹਨਾਂ ਨੂੰ ਲੱਗ ਰਿਹਾ ਸੀ, ਪਰ ਇੱਕ ਲਾਈਟਰ ਨੋਟ ਤੇ ਦੇਖਿਆ ਜਾਏ ਤਾਂ ਪੰਜਾਬ ਸਰਕਾਰ ਲਈ ਕਿਤੇ ਨਾ ਕਿਤੇ ਇਹ ਸ਼ਾਇਦ ਇਸ ਗੱਲ ਦੀ ਚਾਹੁੰਦੇ ਵੀ ਹੋਣਗੇ ਕਿ TET ਦੇ ਜਿੰਨੇ ਘੱਟ ਕੈਂਡੀਡੇਟ ਨਿਕਲਣ ਉਨਾ ਹੀ ਚੰਗਾ, ਕਿਉਂਕਿ ਪਹਿਲਾਂ ਵਾਲੇ ਜਿਹੜੇ TET ਪਾਸ ਕਰਕੇ ਬੈਠੇ ਨੇ ਉਹ ਨੌਕਰੀਆਂ ਲਈ ਰੋਜ਼ ਧਰਨੇ ਲਾ ਰਹੇ ਨੇ, ਸਰਕਾਰ ਨੂੰ ਚੇਤਾਵਨੀਆਂ ਦੇ ਰਹੇ ਨੇ ਕਿ ਤੁਸੀਂ ਪੋਸਟਾਂ ਨਹੀਂ ਕੱਢ ਰਹੇ। ਹੁਣ TET ਦਾ ਪ੍ਰੀਖਿਆ ਜ਼ਰੂਰ ਲਈ ਜਾ ਰਹੀ ਹੈ, ਪਰ ਜਿਹੜੇ ਪਹਿਲਾਂ TET ਪਾਸ ਕਰਕੇ ਬੈਠੇ ਨੇ ਉਹਨਾਂ ਲਈ ਵੀ ਪੋਸਟਾਂ ਨਹੀਂ ਨਿਕਲ ਰਹੀਆਂ ਨੇ। ਨਹੀਂ ਬਲਵਿੰਦਰ, ਤੁਸੀਂ ਬਿਲਕੁਲ ਗੱਲ ਠੀਕ ਕਹੀ ਹੈ, ਇਹ ਵੀ ਇੱਕ ਕਾਰਨ ਹੋ ਸਕਦਾ, ਪਰ ਇਸ ਤੋਂ ਅਗਲੀ ਗੱਲ ਜਿਹੜੀ ਚਿੰਤਾ ਵਾਲੀ ਇਹ ਹੈ ਵੀ ਜੇ ਸਰਕਾਰ ਟੈਸਟ ਲੈਣ ਦੇ ਸਮਰੱਥ ਨਹੀਂ ਗਈ ਤੇ ਫਿਰ ਇਹਨਾਂ ਦੀ ਭਰਤੀ ਲਈ, ਭਰਤੀ ਪ੍ਰੀਖਿਆ ਲੈਣ ਲਈ, ਮੈਰਿਟ ਬਣਾਉਣ ਲਈ ਕਿਵੇਂ ਜਿਹੜੀ ਹੈ ਉਹ ਪ੍ਰਪੱਟ ਹੋ ਸਕੇਗੀ? ਤੁਸੀਂ ਠੀਕ ਹੈ ਵੀ ਜਿਹੜੀ ਸਰਕਾਰ ਟੈਸਟ ਨਹੀਂ ਲੈ ਸਕਦੀ ਉਹ ਭਰਤੀ ਕਿਵੇਂ ਕਰੇਗੀ? ਪਰ ਦੁਖਾਂਤ ਇਹ ਹੈ ਵੀ ਬੇਰੁਜ਼ਗਾਰ ਜਿਹੜੇ ਨੇ ਉਹ ਜਿਹੜੇ ਆਪਣੇ TET ਪਾਸ ਕਰਕੇ ਵੇਟ ਕਰ ਰਹੇ ਸੀ ਵੀ TET ਕਦੋਂ ਹੋਏਗੀ, ਕਦੋਂ ਅਸੀਂ ਨੌਕਰੀਆਂ ਲਵਾਂਗੇ, ਔਰ ਹੁਣ 19 ਤਰੀਕ ਨੂੰ ਪੇਪਰ ਹੋਏਗਾ, ਇਹਨਾਂ ਦਾ ਰਿਜ਼ਲਟ ਆਏਗਾ, ਕਦੋਂ ਪੋਸਟਾਂ ਨਿਕਲਣਗੀਆਂ ਔਰ ਕਦੋਂ ਇਹਨਾਂ ਨੂੰ ਨੌਕਰੀ ਮਿਲੇਗੀ, ਇਹ ਬਹੁਤ ਵੱਡਾ ਸਵਾਲ ਖੜਾ ਹੈ। ਜੀ ਜੀ, ਬਹੁਤ ਬਹੁਤ ਧੰਨਵਾਦ ਤਰਲੋਚਨ ਸਿੰਘ ਜੀ ਸਾਡੇ ਨਾਲ ਗੱਲਬਾਤ ਕਰਨ ਦੇ ਲਈ।
ਤਾਂ ਟੀਈਟੀ ਦੇਣ ਵਾਲੇ ਜਿਹੜੇ ਪ੍ਰੀਖਿਆਰਥੀ ਨੇ ਇੱਕ ਵਾਰ ਫਿਰ ਤੋਂ ਕਮਰ ਕੱਸ ਲੈਣ, ਕਿਉਂਕਿ ਹੁਣ ਤਰੀਕ ਜਿਹੜੀ ਹੈ ਬਦਲ ਦਿੱਤੀ ਗਈ ਹੈ। 19 ਜਨਵਰੀ ਨੂੰ ਉਹਨਾਂ ਦੀ ਇਹ ਪ੍ਰੀਖਿਆ ਹੋਏਗੀ ਜੇ ਇਹ ਦੁਬਾਰਾ ਮੁਲਤਵੀ ਨਾ ਹੋਈ ਤਾਂ।